1 ਜੂਨ ਨੂੰ ਸਾਥੀਓ ਆਪਾਂ ਪੰਜਾਬ ਦੇ ਅੰਦਰ ਵੋਟਾਂ ਪਾਉਣ ਜਾ ਰਹੇ ਹਾਂ। ਇਸੇ ਸਿਲਸਿਲੇ 'ਚ ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਕਹਾਣੀ ਸਾਂਝੀ ਕਰਨੀ ਹੈ। ਕਹਾਣੀ ਛੋਟੀ ਹੈ, ਸਵਾਲ ਬਹੁਤ ਵੱਡਾ ਖੜਾ ਕਰਦੀ ਹੈ। ਸਾਡੇ ਜਦੋਂ ਮੈਂ ਸਕੂਲ 'ਚ ਸੀ, ਜੋ ਅੱਜ ਤੋਂ 55-60 ਸਾਲ ਪਹਿਲਾਂ, ਉੱਥੇ ਇੱਕ ਲਾਰੀ ਸਰਵਿਸ ਚੱਲਦੀ ਸੀ, ਵੀਰ ਜੀ ਦੀ ਲਾਰੀ, ਜਿਹਨੂੰ ਅਸੀਂ ਮਜ਼ਾਕ 'ਚ ਕਈ ਵਾਰ ਕਹਿ ਦਿੰਦੇ ਸੀ ਵੀਰ ਜੀ ਦੀ ਲਾਰੀ ਜਿਹਦੇ ਬੂਹਾ ਨਬਾਰੀ। ਕੋਈ ਬੰਦਾ ਬਹੁਤ ਸਮੇਂ ਬਾਅਦ ਵਾਪਸ ਪਰਤਿਆ ਅਤੇ ਪਿੰਡ ਆ ਕੇ ਪਿੰਡ ਜਾਣਾ ਚਾਹੁੰਦਾ ਸੀ, ਜਦੋਂ ਟਿਕਟ ਲੈਣ ਉੱਥੇ ਕੰਡਕਟਰ ਕੋਲ ਪਹੁੰਚਿਆ ਵੀਰ ਜੀ ਦੇ, ਅਤੇ ਉਹਨੇ ਕਿਹਾ ਤੁਸੀਂ ਟਿਕਟ, ਕਹਿੰਦਾ ਫਸਟ ਕਲਾਸ ਦੀ ਲੈਣੀ ਹੈ, ਸੈਕਿੰਡ ਦੀ ਆ, ਥਰਡ ਦੀ? ਉਹਨੂੰ ਬੜੀ ਹੈਰਾਨੀ ਹੋਈ, ਕਹਿੰਦੇ ਬੱਸ ਦੇ ਅੰਦਰ ਵੀ ਕਲਾਸਿਸ? ਕਹਿੰਦਾ ਹਾਂਜੀ। ਅਤੇ ਉਹ ਫਸਟ ਕਲਾਸ ਦੀ ਟਿਕਟ ਲੈ ਕੇ ਜਦੋਂ ਬੱਸ 'ਚ ਚੜ੍ਹਿਆ ਅਤੇ ਉਹਨੇ ਝਾਤੀ ਮਾਰੀ, ਜਦੋਂ ਦੇਖਿਆ ਵੀ ਸੀਟਸ ਤਾਂ ਸਾਰੀ ਇੱਕ ਵਰਗੀਆਂ ਹੀ ਸੀਗੀਆਂ। ਨਾਰਾਜ਼ ਹੋਇਆ, ਉਹਨੂੰ ਕੰਡਕਟਰ ਨੂੰ ਕਹਿਣ ਲੱਗਿਆ ਤੁਸੀਂ ਠੱਗੀ ਮਾਰੀ ਜਾਂਦੇ ਹੋ, ਸੀਟਾਂ ਤਾਂ ਇੱਕ ਵਰਗੀਆਂ ਹੀ ਆ, ਮੇਰੇ ਤੋਂ ਪੈਸੇ ਫਾਲਤੂ ਕਾਹਦੇ ਲਏ ਹੈ? ਕਹਿੰਦਾ ਬਾਬੂ ਜੀ ਬਹਿ ਜਾਓ, ਜਦੋਂ ਪਿੰਡ ਪਹੁੰਚੋਗੇ ਤੁਹਾਡੇ ਸਮਝ ਆ ਜੂਗੀ, ਜੇ ਤੁਹਾਡੀ ਤਸੱਲੀ ਨਹੀਂ ਹੋਈ ਤਾਂ ਤੁਹਾਡੇ ਪੈਸੇ ਮੋੜ ਦਿਆਂਗੇ। ਚਲੋ ਜੀ, ਬਹਿ ਗਿਆ, ਬਸ ਚੱਲ ਪਈ। ਥੋੜ੍ਹੀ ਦੂਰ ਗਏ, ਸਾਡੇ ਵਾਲੇ ਪਾਸੇ ਉਸ ਇਲਾਕੇ 'ਚ ਟਿੱਬੇ ਬਹੁਤ ਸੀ ਉਸ ਸਮੇਂ, ਅਤੇ ਕਿਸੇ ਟਿੱਬੇ 'ਚ ਜਾ ਕੇ ਜਦੋਂ ਲਾਰੀ ਫਸ ਗਈ ਅਤੇ ਉਦੋਂ ਕੰਡਕਟਰ ਖੜ੍ਹਾ ਹੋਇਆ ਬੱਸ ਦੇ ਅੰਦਰ, ਅਤੇ ਉਹਨੇ ਖੜ੍ਹ ਕੇ ਕਿਹਾ, ਕਹਿੰਦਾ ਫਸਟ ਕਲਾਸ ਵਾਲੇ ਜਿਹੜੇ ਹੈ ਉਹ ਤਾਂ ਬੱਸ ਦੇ ਅੰਦਰ ਹੀ ਬੈਠੇ ਰਹੋ, ਸੈਕਿੰਡ ਕਲਾਸ ਵਾਲੇ ਜਿਹੜੇ ਹੈ ਉੱਤਰ ਕੇ ਲਾਰੀ 'ਚੋਂ ਸਾਈਡ 'ਚ ਖੜ੍ਹ ਜਾਓ, ਅਤੇ ਥਰਡ ਕਲਾਸ ਵਾਲੇ ਜਿਹੜੇ ਹੈ ਉਹ ਉਤਰੋ ਅਤੇ ਉੱਤਰ ਕੇ ਬੱਸ ਨੂੰ ਧੱਕਾ ਲਾਓ। ਆ ਸਾਥੀਓ, ਮੈਂ ਤੁਹਾਡੇ ਨਾਲ ਕਹਾਣੀ ਇਸ ਕਰਕੇ ਸਾਂਝੀ ਕੀਤੀ ਹੈ ਵੀ ਪੰਜਾਬ ਦੀ ਜਿਹੜੀ ਸਾਡੀ ਸਮਾਜਿਕ ਬਣਤਰ ਹੈ ਉਹ ਕੋਈ ਵੀਰ ਜੀ ਦੀ ਲਾਰੀ ਵਾਂਗੂ ਹੈ ਨਹੀਂ। ਆ ਗੁਰੂਆਂ ਦੀ ਧਰਤੀ ਹੈ, ਇੱਥੇ ਜਿਹੜਾ ਗੁਰੂਆਂ ਦੀ ਸੇਧ ਸੀ, ਗੁਰੂਆਂ ਦਾ ਜਿਹੜਾ ਮੂਲ ਮੰਤਰ ਹੈ, ਮਾਨਸ ਕੀ ਜਾਤ ਸਭੈ ਏਕੋ ਪਹਿਚਾਨ ਬੋ। ਸਾਥੀਓ, ਮੈਂ ਮੰਨਦਾ ਵੀ ਹਰੇਕ ਪੰਜਾਬੀ ਫਸਟ ਕਲਾਸ ਸਿਟੀਜ਼ਨ ਹੈ, ਹਰੇਕ ਜਿਹੜਾ ਸਾਡਾ ਪੰਜਾਬੀ ਹੈ ਉਹ ਬਰਾਬਰ ਦਾ ਹੱਕਦਾਰ ਹੈ। ਪਰ ਆਹ ਸੋਚ ਕਾਂਗਰਸ ਪਾਰਟੀ ਦੀ ਹੈ ਨਹੀਂ। ਕਾਂਗਰਸ ਪਾਰਟੀ ਦੀ ਸੋਚ ਤਾਂ ਵੀਰ ਜੀ ਦੀ ਲਾਰੀ ਵਾਂਗੂ ਹੈ। ਉਹ ਜਿਹੜੀ ਕਾਂਗਰਸ ਦੀ ਲਾਰੀ ਹੈ ਉਹ ਕਹਿੰਦੀ ਹੈ, ਉਹਨੇ ਪਹਿਲਾਂ ਤਾਂ ਫਰਕ ਪਾਇਆ ਵੀ ਕਿਹੜੀ ਸੀਟ 'ਤੇ ਕੌਣ ਬੈਠ ਸਕਦਾ ਹੈ। ਪਹਿਲਾਂ ਧਰਮ ਦੇ ਨਾਮ 'ਤੇ ਹਿੰਦੂ ਸਿੱਖ ਦਾ ਉਹਨਾਂ ਨੇ ਪਵਾੜਾ ਪਾਇਆ, ਫਸਟ ਕਲਾਸ ਸਿਟੀਜ਼ਨ ਕਿਹੜਾ ਹੈ, 2 ਨੰਬਰ ਦਾ ਕਿਹੜਾ ਹੈ। ਅਤੇ ਹੁਣ ਇੱਕ ਨਵਾਂ ਬਿਆਨ ਇੱਥੋਂ ਸੰਗਰੂਰ 'ਚੋਂ ਨਿਕਲ ਕੇ ਆਇਆ ਕਾਂਗਰਸ ਦੇ ਉਮੀਦਵਾਰ ਦਾ, ਉਹ ਕਹਿੰਦੇ ਵੀ ਇੱਕ ਥਰਡ ਕਲਾਸ ਵੀ ਹੈ ਜਿਹਨੂੰ ਅਸੀਂ ਵੋਟਾਂ ਹੀ ਨਹੀਂ ਬਣਾਉਣ ਦੇਣੀ, ਜਿਹੜੇ ਸਾਡੇ ਭਰਾ ਇਹ ਹੈ ਕੋਈ ਯੂਪੀ ਤੋਂ ਕੋਈ ਬਿਹਾਰ ਤੋਂ ਇੱਥੇ ਆਪਣਾ ਰੁਜ਼ਗਾਰ ਆਪਣੇ ਖੂਨ ਪਸੀਨੇ ਨਾਲ ਆਪਣੀ ਕਮਾਈ ਕਰਨ ਇੱਥੇ ਆਏ ਹੈ, ਉਹਨਾਂ ਨੂੰ ਉਹ ਕਹਿੰਦੇ ਅਸੀਂ ਵੋਟ ਹੀ ਨਹੀਂ ਬਣਾਉਣ ਦੇਣੀ, ਉਹ ਤਾਂ ਵੋਟ ਦੇ ਹੱਕਦਾਰ ਵੀ ਹੈ ਨਹੀਂ। ਮੇਰੇ ਤੁਹਾਨੂੰ ਇੱਕ ਸਵਾਲ ਜਿਹੜਾ ਇਸ 'ਚੋਂ ਨਿਕਲਦਾ, ਮੈਂ ਸਮਝਦਾ ਅੱਜ ਪੰਜਾਬ ਦੇ ਲੋਕਾਂ ਨੂੰ ਫੈਸਲਾ ਲੈਣਾ ਪਊਗਾ ਕਿ ਤੁਸੀਂ 2 ਨੰਬਰ ਦਿਓ ਕਿ 3 ਨੰਬਰ ਦਿਓ ਕਿ ਫਸਟ ਕਲਾਸ ਸਿਟੀਜ਼ਨ ਹੋ। ਕਿਉਂਕਿ ਇੱਕ ਪਾਸੇ ਮੇਰਾ ਮੰਨਣਾ ਹੈ, ਕਿਸੇ ਦੇ ਕਹਿਣ ਨਾਲ ਕੋਈ ਫਸਟ ਕਲਾਸ ਨਹੀਂ ਹੁੰਦਾ, ਕੋਈ ਸੈਕਿੰਡ ਕਲਾਸ ਨਹੀਂ ਹੁੰਦਾ, ਨਾ ਹੀ ਕੋਈ ਥਰਡ ਕਲਾਸ ਹੁੰਦਾ। ਪਰ ਜੇ ਤੁਸੀਂ ਆਪਣੀ ਸਹਿਮਤੀ ਨਾਲ ਉਹਨਾਂ ਦੇ ਤੁਹਾਨੂੰ ਜਦੋਂ ਕਹਿੰਦੇ ਆ ਤੁਸੀਂ ਸੈਕਿੰਡ ਕਲਾਸ ਹੋਏ ਸੀਟ 'ਤੇ ਬੈਠ ਹੀ ਨਹੀਂ ਸਕਦੇ, ਅਤੇ ਉਹਦੇ ਬਾਅਦ ਜੇ ਕਾਂਗਰਸ ਦੀ ਲਾਰੀ 'ਚ ਚੜ੍ਹੋਗੇ, ਉਹਨਾਂ ਨੂੰ ਵੋਟ ਪਾਓਗੇ, ਤਾਂ ਮਤਲਬ ਤੁਸੀਂ ਉਹਨਾਂ ਦੀ ਲਾਰੀ 'ਚ ਚੜ੍ਹ ਗਏ। ਜਦੋਂ ਲਾਰੀ 'ਚ ਚੜ੍ਹ ਗਏ ਤਾਂ ਤੁਸੀਂ ਉਹਨਾਂ ਦੀ ਗੱਲ ਦੇ ਉੱਤੇ ਮੋਹਰ ਲਗਾ ਲਈ, ਅਤੇ ਤੁਸੀਂ ਆਪਣੇ ਆਪ ਨੂੰ ਸ਼ੀਸ਼ੇ ਦੇ ਸਾਹਮਣੇ ਖੜ੍ਹ ਕੇ ਦੇਖ ਲਿਓ ਵੀ ਤੁਸੀਂ ਕਿਹੜੀ ਕੈਟੇਗਰੀ 'ਚ ਫਿੱਟ ਹੁੰਦੇ ਹੋ, ਫਸਟ ਕਲਾਸ 'ਚ ਹੋ, 2 ਨੰਬਰ ਦੇ ਹੋ ਕਿ ਥਰਡ ਕਲਾਸ ਹੋ। ਮੇਰਾ ਮੰਨਣਾ ਹੈ, ਫੈਸਲਾ ਤੁਹਾਡਾ ਹੈ, ਤੁਹਾਨੂੰ ਮੁਬਾਰਕ ਹੋ। ਤੁਸੀਂ ਅਗਰ ਥਰਡ ਕਲਾਸ ਬਣ ਕੇ ਰਹਿਣਾ ਚਾਹੁੰਦੇ ਹੋ, ਥਰਡ ਕਲਾਸ ਰਹੋ, ਸੈਕਿੰਡ ਕਲਾਸ 2 ਨੰਬਰ 'ਤੇ ਰਹਿਣਾ ਚਾਹੁੰਦੇ 2 ਨੰਬਰ 'ਤੇ ਰਹੋ। ਪਰ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਮੈਂ ਸਮਝਦਾ ਆਪਾਂ ਨੂੰ ਸਾਰਿਆਂ ਦਾ ਫਰਜ਼ ਬਣਦਾ ਰਲ ਮਿਲ ਕੇ, ਚਾਹੇ ਫਸਟ ਕਲਾਸ ਸਿਟੀਜ਼ਨਾਂ, ਚਾਹੇ ਆਪਾਂ ਕਾਂਗਰਸ ਆਪਾਂ ਨੂੰ ਸੈਕਿੰਡ ਕਲਾਸ ਸਮਝਦੀ ਹੈ, ਚਾਹੇ ਸਾਨੂੰ ਕਾਂਗਰਸ ਥਰਡ ਕਲਾਸ ਸਮਝਦੀ ਹੈ, ਪਰ ਪੰਜਾਬ ਸਾਡੇ ਸਾਰਿਆਂ ਦਾ ਹੈ, ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਪੰਜਾਬ ਦੀ ਇਸ ਭਾਈਚਾਰਕ ਸਾਂਝ ਨੂੰ ਕਾਂਗਰਸ ਪਾਰਟੀ ਦੀ ਮਾੜੀ ਸੋਚ ਤੋਂ ਬਚਾਈਏ, ਮੇਰੀ ਤਾਂ ਇੰਨੀ ਬੇਨਤੀ ਹੈ। ਧੰਨਵਾਦ।